ਨਹੀਂ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਆ, ਕਿਸੇ ਵੀ ਅੱਤਵਾਦੀ ਨੂੰ ਜਿਹੜਾ ਕੋਈ ਦੇਸ਼ ਦੇ ਉਲਟ ਗੱਲ ਕਰਦਾ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਗੀ। ਉਹੀ ਪਾਰਟੀ ਦੀ ਲਾਈਨ ਆ, ਉਹਨੂੰ ਲੋਕਾਂ ਨੇ MP ਚੁਣਿਆ, ਸੰਵਿਧਾਨ ਦੀ ਉਹਨੇ ਮੰਨ ਕੇ ਗੱਲ, ਤੇ ਹੁਣ ਉਹ ਸਹੁੰ ਚੱਕਣ ਨੂੰ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ, ਉਹ ਸੰਵਿਧਾਨ ਵੀ ਸਹੁੰ ਦੀ ਸਹੁੰ ਸੰਵਿਧਾਨ ਦੀ ਚੱਕਣੀ ਹੈ, ਕਾਨੂੰਨ ਦੀ ਚੱਕਣੀ ਹੈ। ਇਸ ਕਰਕੇ ਇਹ ਗੱਲ ਕਹੀ ਸੀ, ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਵਾਂਗੇ, ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ, ਕਾਨੂੰਨ ਦੀ ਗੱਲ ਕਰ। ਗੱਲ ਨਾ ਇਦੋਂ ਵੱਧ ਇਹਦੇ ਵਿੱਚ ਹੋਰ ਕੁਛ ਵੀ ਨਹੀਂ ਗਾ। ਲੋਕਾਂ ਨੇ ਉਹਨੂੰ MP ਚੁਣਤਾ, ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ, ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ NSA ਲੱਗੂ, ਜੇ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਹਾਂ ਵਿੱਚ ਉਹੀ ਜਗ੍ਹਾ ਹੈ। ਜੇ ਕੋਈ ਤਬਦੀਲੀ ਆਊਗੀ, ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ, ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ, ਤੇ ਫਿਰ ਉਹਦੇ ਲਈ ਸਾਰੇ ਦਰਵਾਜ਼ੇ ਖੁੱਲ੍ਹੇ ਨੇ। ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ, ਹੁਣ ਜਿਹੜੇ ਉਰੇ ਦੇ MP ਬਣੇ ਆ, ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਹੈ, ਕਿਹੜੀ ਫਰੀਦਕੋਟ ਦੀ ਗੱਲ ਹੋਈ ਹੈ, ਕਿਹੜੀ ਮੋਗੇ ਦੀ ਗੱਲ ਹੋਈ ਹੈ, ਇਹ ਦੱਸੋ। ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ, ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਨੂੰ, ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆਹ ਗੱਲ ਕਰ ਰਿਹਾ, ਮੈਂ ਫਰੀਦਕੋਟ ਦੀ ਗੱਲ ਕਰ ਰਿਹਾ। ਇਸ ਕਰਕੇ ਲੋਕ ਜਦੀ ਇੱਕਦਮ ਸਮਝ ਜਾਂਦੇ ਨੇ, ਉਹ ਠੀਕ ਆ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ, ਵੋਟਾਂ ਹੋ ਗਈਆਂ, ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸਹੁੰ ਚੱਕਣ ਲਈ ਵੀ ਅਲੱਗ ਆਉਣਾ ਪਊਗਾ। ਸਹੁੰ ਚੱਕ ਕੇ ਜਦੋਂ MP ਦੀ ਸਹੁੰ ਚੱਕਣਗੇ, ਸੰਵਿਧਾਨ ਮੁਤਾਬਕ ਸਹੁੰ ਉਹਨਾਂ ਨੂੰ ਇਜਾਜ਼ਤ ਮਿਲ ਜਾਏਗੀ, ਸਹੁੰ ਉਹ ਚੱਕਣਗੇ, ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ, ਪਰ ਉਦੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ, ਉਹ ਜਗ੍ਹਾ ਕਿਹੜੀ ਆ, ਕੀ ਉੱਥੋਂ ਉਹ ਲੋਕਾਂ ਦੇ ਸਵਾਲ ਚੱਕ ਸਕਣਗੇ। ਜੇ ਕੋਈ ਮੈਂ ਇੱਕ ਗੱਲ ਮੇਰੀ ਬੇਨਤੀ ਸੁਣੋ, ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ, ਮਿਨਿਸਟਰ ਆ ਨਾ, ਮੈਂ ਕੀ ਮਿਨਿਸਟਰ ਹੋਣ ਨਾਤੇ ਕਾਨੂੰਨ ਤੋੜ ਸਕਦਾ? ਜੇ ਮੈਂ ਕਾਨੂੰਨ ਤੋੜੂੰਗਾ, ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ, ਉਹਦੀ ਜਗ੍ਹਾ ਜਿਹੜੀ ਜੇਲ੍ਹ 'ਚ ਆ, ਕਿਸੇ ਨੂੰ ਕੋਈ ਮਾਫ਼ੀ ਤਾਂ ਨਹੀਂ। ਜੇ ਕੋਈ MP ਵੀ ਤੁਸੀਂ ਬਣਾ ਦਿੰਦੇ ਹੋ, ਬਣਾ ਤਾ ਤੁਸੀਂ MP, ਉਹਨੂੰ ਕੋਈ ਇਹ ਥੋੜ੍ਹੀ ਆ ਵੀ ਇਜਾਜ਼ਤ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ। ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਚਾਹੇ ਜੇਲ੍ਹ 'ਚ ਹੀ ਮਿਲਣਾ ਹੈ, ਚਾਹੇ ਕਿਸੇ ਨੂੰ MLA ਬਣਾ ਲੈਣ, ਉਹ ਤਾਂ ਲੋਕਾਂ ਦਾ ਕੰਮ ਆ। ਪਰ ਜਿਹਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ, ਦੇਸ਼ ਦੇ ਸੰਵਿਧਾਨ ਨੂੰ ਮੰਨਿਆ, ਉਹਨੂੰ MLA ਬਣਾ ਲਓ, MP ਬਣਾ ਲਓ, ਮੰਤਰੀ ਬਣਾ ਲਓ, ਸੰਤਰੀ ਬਣਾ ਲਓ, ਉਹਦੀ ਜਗ੍ਹਾ ਜੇਲ੍ਹ ਆ। ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ, ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲਓ, ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ, ਉਹ ਤੁਹਾਡੀ ਗੱਲ ਕਰੂਗਾ। ਤੇ ਹੁਣ ਤਾਂ BJP ਦੀ ਸਰਕਾਰ ਬਣ ਗਈ, ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ 'ਚ ਹਰ BJP ਦੇ ਨੁਮਾਇੰਦੇ ਨੂੰ ਜਿਤਾਓ, ਤੇ ਉਹ ਤੁਹਾਡੀ ਵਿਧਾਨ ਸਭਾ 'ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ, ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ।
ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜ ਉਹ ਜਨਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐਂ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਵਕੂਫ ਬਣਾਉਂਦੇ ਫਿਰੋਂਗੇ ਵੀ ਹੁਣ ਅਸੀਂ 2.5 ਸਾਲ ਜਲੰਧਰ ਹੀ ਰਹਿਣਾ। ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੇ ਕੋਠੀ ਨਾ ਖੋਈ ਜਾਵੇ ਚੰਡੀਗੜ੍ਹ ਵਾਲੀ, ਉਹਦਾ ਵੀ ਮਗਰ ਨਿਗਾਹ ਰੱਖਣ ਸਪਸ਼ਟੋਂ ਬਈ ਜੇ ਤੁਸੀਂ ਕਿਸੇ ਨੂੰ MLA MP ਵੀ ਚੁਣ ਲਓਗੇ, ਜੇ ਉਹ ਕਾਨੂੰਨ ਹੁਣ ਇੱਕ MP BSP ਦੇ MP ਸੀ, ਮੈਂ ਨਾਂ ਨਹੀਂ, BSP ਦੇ MP ਸੀ ਪਿਛਲੀ 17ਵੀਂ ਲੋਕ ਸਭਾ, ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ, ਉਹ ਸਹੁੰ ਚੱਕਣ ਆ ਗਏ, ਪਰ ਲਗਾਤਾਰ ਕੇਸ ਉਹਨਾਂ ਤੇ 5 ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨੋਟ ਈਵਨ ਫੋਰ ਅ ਡੇ ਉਹ ਆ ਕੇ ਲੋਕ ਸਭਾ 'ਚ ਹਾਜ਼ਰੀ ਨਹੀਂ ਲਾ ਸਕੇ। ਕੋਰਟ ਨੇ ਅਲਾਊ ਨਹੀਂ ਕੀਤਾ, ਆਜ਼ਾਦ ਨੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ, ਉਹਦਾ ਤਾਂ ਨਹੀਂ ਹੋਇਆ, ਉਹਨੂੰ ਤਾਂ ਸਹੁੰ ਚੱਕ ਲਈ ਉਹਨੇ, ਉਹਨੂੰ ਤਨਖਾਹ ਵੀ ਜਾਣ ਲੱਗ ਗਈ ਜੀ, ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ, ਹੋਰ ਵੀ ਸਭ ਕੁਛ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ। ਇਸੇ ਤਰੀਕੇ ਨਾਲ ਮੈਂ ਅੰਮ੍ਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ, ਸੰਵਿਧਾਨ ਨੂੰ ਮੰਨੂਗਾ, ਉਹਦੇ ਲਈ ਜਗ੍ਹਾ ਬਾਹਰ ਵੀ ਹੈ, ਪਾਰਲੀਮੈਂਟ 'ਚ ਵੀ ਹੈ। ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ, ਦੇਸ਼ ਨੂੰ ਉਜਾੜਨ ਦੀ ਕਰਨੀ ਹੈ, ਫਿਰ ਤਾਂ ਉਹ ਡਿਬਰੂਗੜ੍ਹ ਤੋਂ ਅੱਗੇ ਵੀ ਕਿਸੇ ਹੋਰ ਗੜ੍ਹ 'ਚ ਜਾ ਸਕਦਾ। ਮੈਂ ਸਿਰਫ ਇਹ ਗੱਲ ਕਹੀ ਬਾਰ ਬਾਰ, ਆਪਾਂ ਜਿਹੜੀ ਗੱਲ ਕਰ ਲਈ ਉਹ ਤਾਂ ਉੱਥੇ ਉਹੀ ਉਹੀ ਅੱਜ ਵੀ ਉਹੀ ਸਟੈਂਡ। ਨਸ਼ਿਆਂ ਨੂੰ ਲੈ ਕੇ ਪਿਛਲੇ 24 ਘੰਟੇ 3 ਮੌਤਾਂ ਹੋਈਆਂ, ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਆਇਆ ਉਹਦੀ ਵੀ ਡੈਥ ਹੋਈ ਆ ਸਰ, ਨਸ਼ਿਆਂ ਨੂੰ ਲੈ ਕੇ ਪਿਛਲੇ 24 ਘੰਟੇ। ਦੇਖੋ ਬਈ ਬਹੁਤ ਲੋਕਾਂ ਨੇ ਚਾਹ ਨਾ ਬਣਾਈ ਸੀ, ਪਰ ਮੈਂ ਤੁਹਾਨੂੰ ਦੱਸ ਦਿੰਦਾ ਸੈਂਟਰ ਸਰਕਾਰ ਵੱਲੋਂ ਕੁਛ ਮਹੀਨਿਆਂ ਸਾਡੀ ਨਰਿੰਦਰ ਮੋਦੀ ਜੀ ਜਿਵੇਂ ਤੁਹਾਨੂੰ ਕਿਹਾ ਪੰਜਾਬ ਨੂੰ ਪਰਿਵਾਰ ਬਹੁਤ ਪਿਆਰ ਕਰਦੇ ਆ, ਹੋਮ ਮਿਨਿਸਟਰੀ ਵੱਲੋਂ ਉਹਨਾਂ ਦੇ ਮਹਿਕਮੇ ਵੱਲੋਂ ਇੱਕ ਦਫ਼ਤਰ ਅੰਮ੍ਰਿਤਸਰ ਸਾਹਿਬ 17 ਕਰਨੇ ਆ, 16 ਹੋਰ ਖੁੱਲ੍ਹਣੇ ਆ, ਹਰ ਜ਼ਿਲ੍ਹੇ ਹੈੱਡਕੁਆਟਰ 'ਤੇ ਖੁੱਲ੍ਹਣਾ ਹੈ, ਅਤੇ ਉਹ ਇਸੇ ਲਈ ਖੁੱਲ੍ਹ ਰਹੇ ਹਾਂ ਵੀ ਇਹ ਸਾਰਿਆਂ ਨੂੰ ਚਾਹੇ ਉਹ